ਸਿਆਦ ਸਿਵਲ ਸਰ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਪ੍ਰਿੰਦਰ ਐਜੂਕੇਸ਼ਨ ਵਿੱਚ ਅੱਜ ਅਸੀਂ ਸਵਿਖਸ ਦਾ ਪ੍ਰੈਕਟਿਸ ਸੈੱਟ 10 ਕਰਾਂਗੇ ਜਿਸ ਦੇ ਵਿੱਚ ਆਪਾਂ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਮਹੱਤਵਪੂਰਨ MCQ ਕਰਾਂਗੇ ਤਾਂ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਵੀਡੀਓ ਜਿਹੜੀ ਸਟਾਰਟ ਕਰਦੇ ਹਾਂ ਪਹਿਲਾ ਆਪਣੇ ਕੋਲ MCQ ਜਾ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲੈ ਗਏ ਹਨ ਤਾਂ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨਾਂ ਨੇ ਜਿਸ ਦੇ ਵਿੱਚੋਂ ਰਾਈਟ ਆਨਸਰ ਹੈਗਾ অপਸ਼ਨ A ਅਮਰੀਕਾ ਦੇ ਸੰਵਿਧਾਨ ਤੋਂ ਜਿਹੜੇ ਮੌਲਿਕ ਅਧਿਕਾਰ ਨੇ ਭਾਰਤੀ ਸੰਵਿਧਾਨ ਦੇ ਵਿੱਚ ਗ੍ਰਹਿਣ ਕੀਤੇ ਗਏ ਨੇ ਦੂਜਾ MCQ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ অপਸ਼ਨ C ਭਾਗ ਤੀਜਾ ਜਿਹੜਾ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਆ ਤੀਸਰਾ ਪ੍ਰਸ਼ਨ ਸੰਵਿਧਾਨ ਦੇ ਕਿਹੜੇ ਆਰਟੀਕਲ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹਨ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਆਰਟੀਕਲ 12 ਤੋਂ 35 ਨੇ ਜਿਹੜੇ ਉਹ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਨੇਗੇ ਚੌਥਾ MCQ ਜੇ ਵਰਤਮਾਨ ਸਮੇਂ ਵਿੱਚ ਭਾਰਤੀ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਪ੍ਰਾਪਤ ਹਨ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਸੇ ਤਰ੍ਹਾਂ ਦੇ ਜਿਹੜੇ ਮੌਲਿਕ ਅਧਿਕਾਰ ਨੇ ਵਰਤਮਾਨ ਸਮੇਂ ਵਿੱਚ ਨਾਗਰਿਕਾਂ ਨੂੰ ਹਾਸਲ ਨੇਗੇ ਜੇਕਰ ਗੱਲ ਕਰੀਏ ਆਪਾਂ ਪਹਿਲਾਂ ਦੀ ਤਾਂ ਪਹਿਲਾਂ ਜਿਹੜੇ ਮੌਲਕ ਅਧਿਕਾਰਾਂ ਦੀ ਜਿਹੜੀ ਸੰਖਿਆ ਸੀ ਉਹ ਸੀਗੀ 7 ਜਿਸ ਦੇ ਵਿੱਚੋਂ ਸੰਪਤੀ ਦਾ ਅਧਿਕਾਰ ਸੀ ਜਿਹੜਾ ਮੌਲਕ ਅਧਿਕਾਰਾਂ ਦੀ ਸੂਚੀ ਦੇ ਵਿੱਚੋਂ ਖਾਰਜ ਕਰ ਦਿੱਤਾ ਗਿਆ ਸੀ ਜਿਹੜਾ ਕਿ ਤੁਸੀਂ ਧਿਆਨ ਦੇ ਵਿੱਚ ਰੱਖਣਾ ਪੰਜਵਾਂ ਐਮਸੀਕਿਊ ਜ ਆਪਣੇ ਕੋਲ ਸੰਪਤੀ ਦੇ ਅਧਿਕਾਰ ਨੂੰ ਮੌਲਕ ਅਧਿਕਾਰਾਂ ਦੀ ਸੂਚੀ ਵਿੱਚੋਂ ਕਿਸ ਸੰਵਿਧਾਨਕ ਸੋਧ ਰਾਹੀਂ ਖਾਰਜ ਕੀਤਾ ਗਿਆ ਸੀ ਤਾਂ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨਾਂ ਨੇ ਜਿਸ ਦੇ ਵਿੱਚੋਂ ਰਾਈਟ ਆਨਸਰ ਆਪਸ਼ਨ ਸੀ 47ਵੀਂ ਸੰਵਿਧਾਨਕ ਸੋਧ ਰਾਹੀਂ ਜਿਹੜੀ ਕਿ 1978 ਈਸਵੀ ਦੇ ਵਿੱਚ ਹੋਈ ਸੀਗੀ ਉਸ ਦੇ ਰਾਹੀਂ ਜਿਹੜਾ ਸੰਪਤੀ ਦਾ ਅਧਿਕਾਰ ਸੀ ਉਸ ਨੂੰ ਮੌਲਿਕ ਅਧਿਕਾਰਾਂ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਸੇਮ ਹੈ ਐਮਸੀਕਿਊ ਜ ਆਪਣੇ ਕੋਲ ਵਰਤਮਾਨ ਸਮੇਂ ਵਿੱਚ ਸੰਪਤੀ ਦਾ ਅਧਿਕਾਰ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਰੱਖਿਆ ਗਿਆ ਹੈ ਤਾਂ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨਾਂ ਨੇ ਜਿਸ ਦੇ ਵਿੱਚੋਂ ਰਾਈਟ ਆਨਸਰ ਆਪਸ਼ਨ ਏ ਆਰਟੀਕਲ 300ਏ ਸੱਤਵਾਂ ਐਮਸੀਕਿਊ ਜ ਆਪਣੇ ਕੋਲ ਭਾਰਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਤ ਹਨ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਆਰਟੀਕਲ 14 ਤੋਂ 18 ਤੱਕ ਜਿਹੜੇ 14 ਤੋਂ ਲੈ ਕੇ 18 ਤੱਕ ਆਰਟੀਕਲ ਨੇ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਨੇ 8ਵਾਂ ਪ੍ਰਸ਼ਨ ਆਪਣੇ ਕੋਲ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਸਰਕਾਰੀ ਨੌਕਰੀਆਂ ਲਈ ਸਮਾਨ ਅਫਸਰ ਪ੍ਰਦਾਨ ਕਰਦਾ ਹੈ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨ ਹਨ ਜਿਸ ਦੇ ਵਿੱਚ ਰਾਈਟ ਆਨਸਰ ਆਪਸ਼ਨ C ਆਰਟੀਕਲ 16 ਜਿਹੜਾ ਆਰਟੀਕਲ 16 ਦਾ ਹਰੇਕ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸਰਕਾਰੀ ਨੌਕਰੀਆਂ ਲਈ ਸਮਾਨ ਅਫਸਰ ਪ੍ਰਦਾਨ ਕਰਦਾ ਹੈ। 9ਵਾਂ MCQ ਜ ਆਪਣੇ ਕੋਲ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਸੂਚਨਾ ਦੀ ਮਨਾਹੀ ਕੀਤੀ ਗਈ ਹੈ? ਤਾਂ ਇਸ ਦਾ ਰਾਈਟ ਆਨਸਰ ਆ অপਸ਼ਨ C ਆਰਟੀਕਲ 17। 10ਵਾਂ MCQ ਜ ਆਪਣੇ ਕੋਲ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਖਿਤਾਬਾਂ ਦਾ ਖਾਤਮਾ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਆਰਟੀਕਲ 18। 11ਵਾਂ MCQ ਵਿੱਚ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਨਾਗਰਿਕਾਂ ਨੂੰ ਸਵਤੰਤਰਤਾ ਦਾ ਅਧਿਕਾਰ ਦਿੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ B ਆਰਟੀਕਲ 19 ਤੋਂ 22 12ਵਾਂ ਪ੍ਰਸ਼ਨ ਭਾਰਤੀ ਸੰਵਿਧਾਨ ਦਾ ਆਰਟੀਕਲ 19 ਨਾਗਰਿਕਾਂ ਨੂੰ ਕਿੰਨੇ ਤਰ੍ਹਾਂ ਦੀ ਸਵਤੰਤਰਤਾ ਪ੍ਰਦਾਨ ਕਰਦਾ ਹੈ ਇਸ ਦਾ ਰਾਈਟ ਆਨਸਰ ਆਪਸ਼ਨ D C ਤਰ੍ਹਾਂ ਦੀ ਭਾਰਤੀ ਸੰਵਿਧਾਨ ਦਾ ਆਰਟੀਕਲ 19 ਨਾਗਰਿਕਾਂ ਨੂੰ C ਤਰ੍ਹਾਂ ਦੀ ਜਿਹੜੀ ਸਵਤੰਤਰਤਾ ਉਹ ਪ੍ਰਦਾਨ ਕਰਦਾ ਜਿਨ੍ਹਾਂ ਦੇ ਵਿੱਚੋਂ ਭਾਸ਼ਾ ਦੇ ਨੂੰ ਵਿਚਾਰ ਪ੍ਰਗਟ ਕਰਨ ਕਿਸੇ ਵੀ ਥਾਂ ਤੇ ਘੁੰਮਣ ਫਿਰਨ ਦੀ ਆਜ਼ਾਦੀ ਕਿਸੇ ਵੀ ਥਾਂ ਤੇ ਨਿਵਾਸ ਸਥਾਨ ਬਣਾਉਣ ਦੀ ਆਜ਼ਾਦੀ ਅਤੇ ਕਿਸੇ ਵੀ ਕੰਮ ਰੋਜਗਾਰ ਨੂੰ ਗ੍ਰਹਿਣ ਕਰਨ ਦੀ ਜਿਹੜੀ ਆਜ਼ਾਦੀ ਆ ਉਹ ਸਮ ਲੱਗੀ 13ਵਾਂ MCQ ਜੇ ਆਪਣੇ ਕੋਲ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਪ੍ਰੈਸ ਦੀ ਸੁਤੰਤਰਤਾ ਨਾਲ ਸੰਬੰਧਿਤ ਹੈ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨਾਂ ਨੇਗੀਆਂ ਜਿਸ ਦੇ ਵਿੱਚ ਉਹ ਰਾਈਟ ਆਨਸਰ ਆ ਆਪਸ਼ਨ A ਆਰਟੀਕਲ 19A ਕਿਹੜਾ ਆਰਟੀਕਲ 19A ਆ ਉਹ ਪ੍ਰੈਸ ਦੀ ਸੁਤੰਤਰਤਾ ਨਾਲ ਸੰਬੰਧਿਤ ਆ ਜਿਹੜਾ ਕਿ ਤੁਸੀਂ ਯਾਦ ਰੱਖਣਾ 14ਵਾਂ MCQ ਜੇ ਆਪਣੇ ਕੋਲ ਕਿਸ ਆਰਟੀਕਲ ਅਨਸਾਰ ਕਿਸੇ ਵਿਅਕਤੀ ਨੂੰ ਇੱਕ ਅਪਰਾਧ ਲਈ ਇੱਕ ਵਾਰ ਤੋਂ ਵੱਧ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਆਰਟੀਕਲ ਬੀ ਇਸ ਤੋਂ ਇਲਾਵਾ ਆਰਟੀਕਲ ਬੀ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ 15ਵਾਂ MCQ ਜੇ ਆਪਣੇ ਕੋਲ ਸਿਆਸੀ ਮਿ ਸੰਵਿਧਾਨਕ ਸੋਧ ਰਾਹੀਂ ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰਾਂ ਵਿੱਚ ਕਿਦੋਂ ਸ਼ਾਮਲ ਕੀਤਾ ਗਿਆ ਤਾਂ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨਾਂ ਨੇ ਜਿਸ ਦੇ ਵਿੱਚ ਰਾਈਟ ਆਨਸਰ ਆਪਸ਼ਨ B 2002 ਦੇ ਵਿੱਚ ਹੈ 86ਵੇਂ ਸੰਵਿਧਾਨਕ ਸੋਧ ਰਾਹੀਂ ਇੱਕ ਸੰਵਿਧਾਨ ਦੇ ਵਿੱਚ ਨਵਾਂ ਆਰਟੀਕਲ ਜੋੜਿਆ ਗਿਆ ਸੀ ਆਰਟੀਕਲ 21A ਜਿਹੜਾ ਕਿ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕਰਦਾ ਹੈ 16ਵੇਂ MCQ 'ਚ ਆਰਟੀਕਲ 23 ਅਤੇ 24 ਨਾਗਰਿਕਾਂ ਦੇ ਕਿਸ ਮੌਲਿਕ ਅਧਿਕਾਰਨ ਦਾ ਵਰਣਨ ਕਰਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਸੋਸ਼ਣ ਦੇ ਵਿਰੁੱਧ ਅਧਿਕਾਰ ਦਾ ਹੈ ਸਟਾਰ ਮਲਟੀਪਲ ਚੁਆਇਸ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਮਨੁੱਖੀ ਵਪਾਰ ਉੱਪਰ ਰੋਕ ਲਾਈ ਗਈ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਆਰਟੀਕਲ 37 ਇਸ ਆਰਟੀਕਲ ਅਨਸਾਰ ਮਨੁੱਖ ਦੇ ਵਪਾਰ ਉੱਪਰ ਰੋਕ ਲਾਈ ਗਈ ਹੈ ਜਿਸ ਦੇ ਅਨਸਾਰ ਔਰਤਾਂ ਮਰਦਾਂ ਬੱਚਿਆਂ ਨੂੰ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ਸਟਾਰ ਮਲਟੀਪਲ ਚੁਆਇਸ ਆਪਣੇ ਕੋਲ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਬਾਲ ਮਜ਼ਦੂਰੀ ਉੱਪਰ ਰੋਕ ਲਾਈ ਗਈ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਆਰਟੀਕਲ 24 ਆਰਟੀਕਲ 24 ਦੇ ਅਨਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖਾਨਿਆਂ ਵਿੱਚ ਜੋਖਮ ਭਰੇ ਕੰਮਾਂ 'ਤੇ ਨਹੀਂ ਲਗਾਇਆ ਜਾ ਸਕਦਾ 19ਵਾਂ MCQ ਜੋ ਭਾਰਤੀ ਸੰਵਿਧਾਨ ਦੇ ਆਰਟੀਕਲ 25 ਤੋਂ 28 ਕਿਸ ਨਾਲ ਸੰਬੰਧਤ ਹਨ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਧਰਮਿਕ ਸ tựੰਤਰਤਾ ਦੇ ਅਧਿਕਾਰ ਨਾਲ B ਮੈਮ MCQ ਜੋ ਕਿਸੇ ਧਰਮ ਦੇ ਵਿਕਾਸ ਲਈ ਟੈਕਸ ਨਾ ਦੇਣ ਦੀ ਸ tựੰਤਰਤਾ ਕਿਸ ਆਰਟੀਕਲ ਅਧੀਨ ਆਉਂਦੀ ਹੈ ਕਾਜ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨਾਂ ਨੇ ਜਿਹਦੇ ਵਿੱਚ ਰਾਈਟ ਆਨਸਰ ਆ ਆਪਸ਼ਨ ਬੀ ਆਰਟੀਕਲ 27 ਦੇ ਦੀਨ ਭਾਰਤੀ ਸੰਵਿਧਾਨ ਦੇ ਆਰਟੀਕਲ 27 ਦੇ ਅਨਸਾਰ ਕਿਸੇ ਵੀ ਵਿਅਕਤੀ ਨੂੰ ਇਹੋ ਜਿਹਾ ਟੈਕਸ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜਿਹਦਾ ਸਬੰਧ ਧਾਰਮਿਕ ਸੰਸਥਾ ਦੇ ਨਾਲ ਹੋਵੇ 21ਵਾਂ ਐਮਐਸਕਿਊ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਨਸਾਰ ਵਿਅਕਤੀ ਨੂੰ ਕੋਈ ਵੀ ਧਰਮ ਗ੍ਰਹਿਣ ਕਰਨ ਦੀ ਆਜ਼ਾਦੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਏ ਆਰਟੀਕਲ 25 ਆਰਟੀਕਲ 25 ਦੇ ਅਨਸਾਰ ਭਾਰਤ ਦਾ ਨਾਗਰਿਕ ਕੋਈ ਵੀ ਜਿਹੜਾ ਧਰਮ ਆਪਣੀ ਮਰਜ਼ੀ ਦੇ ਨਾਲ ਗ੍ਰੈਂਡ ਕਰ ਸਕਦਾ ਹੈ। ਭਾਈਮਾਂ ਐਮਕਿਊ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਸੱਭਿਆਚਾਰ ਅਤੇ ਸਿੱਖਿਆ ਦਾ ਅਧਿਕਾਰ ਦਿੰਦੇ ਹਨ? ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਆਰਟੀਕਲ 29 ਤੇ 30। 23ਵਾਂ ਐਮਕਿਊ ਕਿ ਇਸ ਆਰਟੀਕਲ ਅਨਸਾਰ ਵਿਦਿਅਕ ਅਦਾਰਿਆਂ ਵਿੱਚ ਕਿਸੇ ਵੀ ਨਾਗਰਿਕ ਨੂੰ ਧਰਮ, ਜਾਤ, ਲਿੰਗ ਅਤੇ ਭਾਸ਼ਾ ਦੇ ਆਧਾਰ ਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਾਂ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨਾਂ ਨੇ ਜਿਹਦੇ ਵਿੱਚੋਂ ਰਾਈਟ ਆਨਸਰ ਆਪਸ਼ਨ ਸੀ ਆਰਟੀਕਲ 29 24ਵਾਂ MCQ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਦਿੱਤਾ ਗਿਆ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਆਰਟੀਕਲ 32 ਆਰਟੀਕਲ 32 ਦੇ ਅਧੀਨ ਸੰਵਿਧਾਨਿਕ ਉਪਚਾਰਾਂ ਦਾ ਜਿਹੜਾ ਅਧਿਕਾਰ ਆ ਉਹ ਦਿੱਤਾ ਗਿਆ ਜਿਹੜਾ ਕਿ ਆਪਣਾ ਸਿਮਾ ਮੌਲਿਕ ਅਧਿਕਾਰ ਆ ਪਚੀਮਾ ਐਮ ਐਸ ਕਿਊ ਕਿਸ ਦੇ ਅਨਸਾਰ ਆਰਟੀਕਲ 32 ਮੌਲਿਕ ਅਧਿਕਾਰਾਂ ਦਾ ਜੀਵਨ ਅਤੇ ਆਤਮਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਏ ਡਾਕਟਰ ਭੀਮਰਾਓ ਅੰਬੇਦਕਰ ਜਿਨ੍ਹਾਂ ਨੇ ਕੀ ਆਪਣਾ ਸੰਵਿਧਾਨ ਜਿਹੜਾ ਲਿਖਿਆ ਸੀ ਸਬੀਮਾ ਐਮ ਐਸ ਕਿਊ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨਾ ਕਿਸ ਦਾ ਕਰਤੱਬ ਹੈ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਪੀ ਅਤੇ ਸੀ ਦੋਵੇਂ ਸਰਬੋਚਯ ਅਦਾਲਤਾਂ ਤੇ ਉੱਚ ਅਦਾਲਤਾਂ ਦਾ ਇਹ ਕਰਤੱਵ ਹੈ ਕਿ ਉਹ ਮੌਲਕ ਅਧਿਕਾਰਾਂ ਨੂੰ ਲਾਗੂ ਕਰਨ ਜੇਕਰ ਕਿਸੇ ਵਿਅਕਤੀ ਦੇ ਮੌਲਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ ਤਾਂ ਉਹ ਵਿਅਕਤੀ ਜਾਂ ਤਾਂ ਸਰਬੋਚਯ ਅਦਾਲਤ ਦੇ ਵਿੱਚ ਜਾ ਸਕਦਾ ਜਾਂ ਰਾਜ ਦੀ ਹਾਈ ਕੋਰਟ ਯਾਨੀ ਕਿ ਉੱਚ ਅਦਾਲਤ ਦੇ ਵਿੱਚ ਵੀ ਜਾ ਸਕਦਾ ਤੇ ਇਸ ਸੰਬੰਧੀ ਜਿਹੜੀ ਸਰਬੋਚਯ ਅਦਾਲਤਾਂ ਤੇ ਉੱਚ ਅਦਾਲਤਾਂ ਨੇ ਪੰਜ ਤਰ੍ਹਾਂ ਦੀ ਰਿੱਟਾਂ ਜਿਹੜੀ ਉਹ ਜਾਰੀ ਕਰ ਸਕਦੀਆਂ ਨੇ ਕਿਹਸੇ ਆਰਟੀਕਲ ਅਧੀਨ ਇਹ ਵਿਵਸਥਾ ਕੀਤੀ ਗਈ ਹੈ ਕਿਸੇ ਵਿਅਕਤੀ ਦੇ ਮੌਲਕ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਵਿਅਕਤੀ ਰਾਜ ਦੀ ਹਾਈ ਕੋਰਟ ਵਿੱਚ ਜਾ ਸਕਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਆਰਟੀਕਲ 226 ਟਾਈਮ ਆਈ ਐਮ ਐਸ ਕਿਊ ਜੇ ਆਪਣੇ ਕੋਲ ਮੌਲਿਕ ਅਧਿਕਾਰਾਂ ਵਿੱਚ ਤਬਦੀਲੀ ਕਰਨ ਦਾ ਅਧਿਕਾਰ ਕਿਸ ਕੋਲ ਹੈ ਤਾਂ ਇਸ ਦੇ ਵਿੱਚ ਆਪਣੇ ਕੋਲ ਚਾਰ ਆਪਸ਼ਨਾਂ ਨੇ ਜਿਦੇ ਵਿੱਚੋਂ ਰਾਈਟ ਆਨਸਰ ਆ ਆਪਸ਼ਨ ਏ ਸੰਸਦ ਦੇ ਕੋਲ ਇੱਕ ਗੱਲ ਤੁਸੀਂ ਧਿਆਨ ਰੱਖਣੀ ਹੈ ਜਿਹੜੇ ਸੰਸਦਾਗੀ ਉਹ ਮੌਲਿਕ ਅਧਿਕਾਰਾਂ ਦੇ ਵਿੱਚ ਬਦਲਾਅ ਕਰ ਸਕਦੀ ਆ ਕਿਸੇ ਵੀ ਅਧਿਕਾਰ ਨੂੰ ਪੂਰਨ ਤੌਰ ਤੇ ਸੰਵਿਧਾਨ ਦੇ ਵਿੱਚੋਂ ਖਤਮ ਨਹੀਂ ਕਰ ਸਕਦੀ ਜਿਵੇਂ ਕਿ ਆਪਾਂ ਨੇ ਸੰਪਤੀ ਦੇ ਅਧਿਕਾਰ ਦੇ ਵਿੱਚ ਦੇਖਿਆ ਸੀ ਉਹ ਨੂੰ ਸੰਵਿਧਾਨ ਦੇ ਵਿੱਚ ਰੱਖਿਆ ਗਿਆ ਪਰ ਮੌਲਿਕ ਅਧਿਕਾਰਾਂ ਦੀ ਸੂਚੀ ਦੇ ਵਿੱਚੋਂ ਹਟਾਜ ਕੀਤਾ ਗਿਆ ਨਾ ਕਿ ਸੰਵਿਧਾਨ ਦੇ ਵਿੱਚੋਂ ਨਤੀਜੇ ਮੈਂ MCQ ਜਿ ਮੌਲਿਕ ਅਧਿਕਾਰਾਂ ਨੂੰ ਨਲੰਬਿਤ ਕਰਨ ਦਾ ਅਧਿਕਾਰ ਕਿਸ ਕੋਲ ਹੈ ਇਸ ਦਾ ਰਾਈਟ ਆਨਸਰ ਆਪਸ਼ਨ B ਰਾਸ਼ਟਰਪਤੀ ਤੁਸੀਂ ਇੱਥੇ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਆ ਕਿ ਜਿਹੜਾ ਰਾਸ਼ਟਰਪਤੀ ਉਹ ਸਿਰਫ ਸੰਕਟਕਾਲ ਦੇ ਸਮੇਂ ਹੀ ਮੌਲਿਕ ਅਧਿਕਾਰਾਂ ਨੂੰ ਨਲੰਬਿਤ ਕਰ ਸਕਦਾਗਾ ਸਾਰੇ ਮੌਲਿਕ ਅਧਿਕਾਰ ਜਿਹੜੇ ਸੰਕਟਕਾਲ ਦੇ ਸਮੇਂ ਨਲੰਬਤ ਹੋ ਜਾਂਦੇ ਨੇ ਸਿਰਫ ਦੋ ਆਰਟੀਕਲ ਨੂੰ ਛੱਡ ਕੇ 3ਵਾਂ MCQ ਹੇਠ ਲਿਖਿਆਂ ਵਿੱਚੋਂ ਕਿਹੜੇ ਮੌਲਿਕ ਅਧਿਕਾਰ ਰਾਸ਼ਟਰਪਤੀ ਸੰਕਟਕਾਲ ਸਮੇਂ ਨਲੰਬਤ ਨਹੀਂ ਕੀਤੇ ਜਾਂਦੇ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਆਰਟੀਕਲ 21 ਆਰਟੀਕਲ 21 ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆਗਾ ਤੇ ਜਿਹੜਾ ਆਪਣਾ ਆਰਟੀਕਲ 21 ਹੈਗਾ ਇਹ ਜੀਵਨ ਅਤੇ ਨਿੱਜੀ ਸੰਤੰਤਰਤਾ ਦੇ ਨਾਲ ਸੰਬੰਧਿਤ ਆ ਜਿਹੜਾ ਕਿ ਸੰਕਟਕਾਲ ਦੇ ਸਮੇਂ ਵੀ ਨਲੰਬਤ ਨਹੀਂ ਹੁੰਦਾ ਹਾਂਜੀ ਆਪਣੇ ਕੋਲ ਅਗਲਾ MCQ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਨਹੀਂ ਆਉਂਦਾ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ B ਜਿਹੜਾ ਸੂਚਨਾ ਦਾ ਅਧਿਕਾਰ ਹੈਗਾ ਉਹ ਮੌਲਿਕ ਅਧਿਕਾਰਾਂ ਦੇ ਅਧੀਨ ਨਹੀਂ ਆਉਂਦਾ 32ਵਾਂ MCQ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ C ਸੰਪਤੀ ਦਾ ਅਧਿਕਾਰ ਹੁਣ ਮੌਲਿਕ ਅਧਿਕਾਰ ਹੈ ਇਹ ਜਿਹੜਾ ਗਲਤ ਹੈਗਾ ਜਦਕਿ ਸੰਪਤੀ ਦਾ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਦੇ ਵਿੱਚੋਂ ਕੱਢ ਦਿੱਤਾ ਗਿਆ ਏਸੀ ਆਪਣੇ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਮਹੱਤਵਪੂਰਨ MCQ ਜ ਮੈਂ ਸਾਰੀਆਂ ਆਪਸ਼ਨਾਂ ਇਸ ਕਰਕੇ ਨਹੀਂ ਬੋਲੀਆਂ ਹੈਗੀਆਂ ਕਿਉਂਕਿ ਇਹਦੇ ਵਿੱਚ ਟਾਈਮ ਆ ਜਿਹੜਾ ਉਹ ਜ਼ਿਆਦਾ ਹੋ ਲੱਗ ਜਾਂਦਾਗਾ ਤੇ ਆਪਾਂ ਨੂੰ ਕੋਲ ਪ੍ਰੈਕਟਿਸ ਲਈ ਜਿਹੜਾ ਟਾਈਮ ਉਹ ਬਹੁਤ ਘੱਟ ਹੈਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਹੋਰ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ